ਹਰਵਿੰਦਰ ਕੌਰ ਵੀਰ ਜੀ, ਮੇਰਾ ਘਰ ਵਾਲਾ ਸੁਖਰਾਜ ਸਿੰਘ ਆ, ਸਾਨੂੰ ਕਰਜ਼ੇ ਤੋਂ ਪਰੇਸ਼ਾਨ ਕਰਨ ਦੇ ਤਿੰਨ ਚਾਰ ਦਿਨਾਂ ਤੋਂ ਆੜਤੀ ਆ ਗੁਰਬਿੰਦਰ ਸਿੰਘ ਛੀਨਿਆਂ ਤੋਂ ਜੀ, ਰਾਤੀ ਆਣ ਕੇ ਧਮਕੀਆਂ ਵੀ ਦੇ ਕੇ ਗਏ ਜੀ, ਇਸੇ ਵਜ੍ਹਾ ਨਾਲ ਕੱਲ੍ਹ ਤੱਕ ਪਰਸੋਂ ਦੇ ਟੈਨਸ਼ਨ ਜੀ, ਅਤੇ ਸਵੇਰੇ ਉੱਠ ਕੇ ਆਹ ਕੰਮ ਕਰ ਲਿਆ ਇਹਨਾਂ ਨੇ ਤੜਕੇ। ਉਹ ਕਰਜ਼ਾ 42-43 ਲੱਖ ਰੁਪਈਆ ਬਣਾਇਆ ਉਹਨਾਂ ਨੇ ਵਿਆਜ ਪਾ ਪਾ ਕੇ, ਉਹਦਾ 2.5-2-3 ਲੱਖ ਦੱਸਣ ਦਿਆ ਸੀਗਾ। ਹਾਂਜੀ, ਦੋ ਬੇਟੇ ਜੀ ਮੇਰੇ, 2.5 ਕਿੱਲੇ ਥਾਂ। ਅਸੀਂ ਤੇ ਇਹਨਾਂ ਨੂੰ ਸਮਝਦੇ ਜਿਹੜੇ ਪਰੇਸ਼ਾਨ ਕਰਨ ਦੇ ਸੀਗੇ, ਜਿਹਨਾਂ ਦੀ ਵਜ੍ਹਾ ਨਾਲ ਟੈਨਸ਼ਨ ਚ ਸੀਗੇ। ਕੀ ਮੰਗ ਕਰਦੇ? ਅਸੀਂ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਵੀਰ ਜੀ ਨੂੰ, ਤੇ ਬਾਕੀ ਜੋ ਸਰਕਾਰਾਂ ਨੇ ਪਹਿਲਾਂ ਕਰਦੀਆਂ ਵੀ ਕਰਜ਼ੇ ਮਾਫ਼ ਕਰਾਂਗੇ, ਉਹ ਕਰਾਂਗੇ, ਤੇ ਨਾ ਕੋਈ ਕਰਜ਼ਾ ਮਾਫ਼ ਕੀਤਾ ਹੀ ਹੈ, ਤੇ ਸਾਡਾ ਛੋਟਾ ਕਿਸਾਨ ਸੀ, 2.5 ਕਿੱਲੇ ਦੀ ਪੈਲੀ ਸਾਰੀ ਇਹਦੀ, ਹੋਰ ਕੋਈ ਨੀ, ਜਾਇਦਾਦ ਨਹੀਂ ਹੈਗੀ। ਉਹ ਜਿਹੜਾ ਆੜਤੀਆਂ ਦਾ ਕਰਜ਼ਾ ਸੀ, ਇਹਦਾ ਆੜਤੀਆਂ ਨੂੰ ਲਿਆ ਸੀ ਉਹਨੇ 2.5 ਲੱਖਾਂ ਦਾ ਲਿਆ ਸੀ, ਉਹਨਾਂ 13 ਲੱਖ ਉਹਨਾਂ ਬਣਾਤਾ, ਕੋਈ ਸਰਕਾਰ ਦਾ ਨਹੀਂ ਬਣਾਤਾ 2.5 ਲੱਖ, ਤੇ ਇਸੇ ਕਰਕੇ ਹੀ ਇਹ ਜਿਹੜਾ ਇਹ ਆੜਤੀਆਂ ਕੱਲ੍ਹ ਆਏ ਮਜ਼ਬੂਰ ਬੜਾ ਕੀਤਾ ਇੱਥੇ ਮਗਰ ਫਿਰ ਕੇ ਵੀ ਸਾਡਾ ਕਰਜ਼ਾ ਦਿਓ, ਨਹੀਂ ਤਾਂ ਅਸੀਂ ਤੁਹਾਡੀ ਕਣਕਾਂ ਵੱਢ ਲੈਣੀਆਂ। ਇਹਨੇ ਰਾਤ ਇਸੇ ਕਰਕੇ ਇਹਨੇ ਡਰਦੇ ਨੇ, ਇਹਨੇ ਰਾਤ ਆਪਣਾ ਫਾਹ ਲਿਖ ਕੇ ਗਿਆ ਸਾਰਾ ਇਹ, ਵੀ ਉਹਨੇ ਲਿਖਿਆ, ਇੰਨਾ ਲਿਖਿਆ ਨਾ ਵੀ ਇੰਨਾ ਮੇਰੇ ਕਿੰਨਾ ਦਿਨ ਮੈਂ ਤੰਗ ਕਰਦੇ ਆ, ਰਾਤ ਸਾਰੀ ਰਾਤ ਇਹਨੇ ਘਰ ਪਹਿਲਾਂ ਫੋਨ ਕਰਦੇ ਰਹੇ, ਇਹਨਾਂ ਦਾ ਇਹਨੂੰ ਧਮਕੀਆਂ ਦਿੰਦੇ ਰਹੇ ਆ, ਪਰ ਜਦੋਂ ਨਹੀਂ ਤੂੰ ਦੇਂਦਾ ਕਰਕੇ ਤਾਂ ਤੈਨੂੰ ਵੇਖਾਂਗੇ ਕਿਸ ਤਰ੍ਹਾਂ ਕਰੇ, ਤੇਰੇ ਕਣਕ ਵੱਢ ਕੇ ਛੱਡਣੀ ਹੈ। ਮੰਗ ਇਹ ਕਰਦੇ ਵੀ ਸਾਰੇ, ਕਿਤੇ ਕਰਜ਼ਾ ਮਾਫ਼ ਹੋਣਾ ਚਾਹੀਦਾ, ਕਰਜ਼ਾ ਇਹਦਾ ਮਾਫ਼, ਇਹਨਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ, ਤੇ ਕਹੀ ਇਹਨੇ ਵੀ ਪਰਚੇ ਦੀ ਮੰਗ ਕਰਦੇ ਨੇ, ਪਰਚਾ ਹੋਣਾ ਚਾਹੀਦਾ ਇਹਨਾਂ ਬੰਦੇ ਆੜਤੀਆਂ ਜਿਹੜੇ, ਪਰਚਾ ਹੋਣਾ ਚਾਹੀਦਾ। ਕੋਈ ਬੱਚਿਆਂ ਲਈ ਮੰਗ ਕਰਦੇ? ਹਾਂਜੀ, ਬੱਚਿਆਂ ਲਈ ਸਰਕਾਰ ਦੀ ਕਰੇ, ਬੱਚੇ ਨੇ ਮਿਲਣੀ ਚਾਹੀਦੀ ਹੈ, ਸਰਕਾਰ ਨੇ ਨੌਕਰੀ ਦੇਣੀ ਚਾਹੀਦੀ ਹੈ, ਸਰਕਾਰ ਨੂੰ ਵੀ ਨੌਕਰੀ ਦੇਣ ਦੇ ਬੱਚੇ ਨੂੰ। ਆੜਤੀਆਂ ਰਾਤ ਵੀ ਮੁਕਾ ਕੇ ਗਏ? ਹਾਂਜੀ, ਆੜਤੀਆਂ ਕੱਲ੍ਹ ਤੇ ਮੁਕਾ ਕੇ ਗਏ, ਘਰ ਆਣ ਕੇ ਮੁਕਾ ਕੇ ਗਏ। ਤਰਨ ਤਰਨ ਦੇ ਪਿੰਡ ਚੀਮਾ ਦੇ ਵਿੱਚ ਇੱਕ ਕਿਸਾਨ ਵੱਲੋਂ ਸੁਸਾਈਡ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸਦੀ ਹੈ ਕਿ ਸੁਖਰਾਜ ਸਿੰਘ ਨਾਮ ਦਾ ਕਿਸਾਨ, ਜਿਸ ਦੇ ਉੱਪਰ 43 ਲੱਖ ਦੇ ਕਰੀਬ ਕਰਜ਼ਾ ਦੱਸਿਆ ਜਾ ਰਿਹਾ ਸੀ, ਜਿਸ ਨੇ ਅਫਵਾਹ ਲੈ ਕੇ ਜਿਹੜੀ ਆ ਖੁਦਕੁਸ਼ੀ ਕਰ ਲਈ। ਔਰ ਤਸਵੀਰ ਤੁਸੀਂ ਦੇਖ ਸਕਦੇ ਹੋ, ਉਹਨਾਂ ਦੇ ਘਰ ਦੀ ਤਸਵੀਰ ਹੈ, ਇਸ ਵਕਤ ਉੱਥੇ ਮੌਜੂਦ ਆ, ਔਰ ਪਰਿਵਾਰ ਦਾ ਉੱਥੇ ਰੋ ਰੋ ਕੇ ਬੁਰਾ ਹਾਲ। ਦੱਸਦੀ ਕਿਸਾਨ ਸੁਖਰਾਜ ਸਿੰਘ ਦੇ ਜਿਹੜੇ ਸੀ, ਦੋ ਬੇਟੇ ਨੇ ਤੇ ਇੱਕ ਪਤਨੀ, ਔਰ ਉਹਨਾਂ ਦੀ ਫੈਮਿਲੀ ਜਿਹੜੀ ਆ ਇਸ ਘਰ ਦੇ ਵਿੱਚ ਇੱਥੇ ਰਹਿੰਦੇ ਸੀ। ਸੁਖਰਾਜ ਸਿੰਘ ਦੇ ਦਾ ਹੀ ਘਰ ਸੀ, ਔਰ ਬੈਂਕ ਦਾ ਅਤੇ ਆੜਤੀ ਦਾ ਕਰਜ਼ਾ ਮਿਲਾ ਕੇ 43 ਲੱਖ ਦਾ ਕਰਜ਼ਾ ਸੀ। ਦੱਸਿਆ ਜਾ ਰਿਹਾ ਕਿ ਆੜਤੀ ਆ ਜਿਹੜਾ ਸੀ ਲਗਾਤਾਰ ਇਹਨਾਂ ਨੂੰ ਪਰੇਸ਼ਾਨ ਕਰ ਰਿਹਾ ਸੀ, ਔਰ ਕੱਲ੍ਹ ਰਾਤ ਵੀ ਆੜਤੀ ਆ ਘਰ ਆਇਆ ਤਾਂ ਉਹਨਾਂ ਪਰਿਵਾਰ ਦਾ ਕਹਿਣਾ ਹੈ ਕਿ ਉਸਦੇ ਵੱਲੋਂ ਕਰਜ਼ੇ ਦੇ ਜਿਹੜਾ ਪਰੇਸ਼ਾਨ ਜਿਹੜਾ ਸੀ ਉਹਨੂੰ ਕੀਤਾ ਜਾ ਰਿਹਾ ਸੀ ਲਗਾਤਾਰ, ਔਰ ਪਰਿਵਾਰ ਦਾ ਇੱਥੇ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇਹ ਸੁਖਰਾਜ ਸਿੰਘ ਦੀ ਜਿਹੜੀ ਇੱਥੇ ਪਈ ਹੋਈ ਆ, ਔਰ ਤਸਵੀਰ ਤੁਹਾਨੂੰ ਇਹ ਦਿਖਾ ਰਹੇ ਆ, ਔਰ ਦੱਸਦੀ ਹੈ ਕਿ ਸੁਖਰਾਜ ਸਿੰਘ ਦੇ ਉੱਪਰ 43 ਲੱਖ ਦੇ ਨਿਰਬੜ ਦਾ ਕਰਜ਼ਾ ਸੀ, ਜਿਸ ਤੋਂ ਤੰਗ ਹੋ ਕੇ ਉਸਨੇ ਜਿਹੜੀ ਆ ਫਾਹ ਲਾ ਕੇ ਜਿਹੜੀ ਆਪਣੀ ਜੀਵਨ ਲੀਲਾ ਜਿਹੜੀ ਆ ਸਮਾਪਤ ਕਰ ਲਈ ਆ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 8।